ਜਰਨਲਸ ਵੇਲੇ ਗੱਲ ਕਰਨ ਦੇ ਲਈ ਰਜਿੰਦਰ ਕੌਰ ਪੱਟਲ ਮੈਮ ਮੌਜੂਦ ਹੈ। ਅੱਜ ਕਾਂਗਰਸ ਦੇ ਵਿੱਚ ਕਾਫੀ ਵੱਡਾ, ਹਰਿਆਣਾ ਕਾਂਗਰਸ ਦੇ ਵਿੱਚ ਕਾਫੀ ਵੱਡਾ ਫੇਰ ਬਦਲ ਹੋਇਆ ਹੈ। ਪੱਟਲ ਮੈਮ, ਅੱਜ ਤੁਸੀਂ ਹਰਿਆਣਾ ਕਾਂਗਰਸ ਭਵਨ ਪਹੁੰਚੇ, ਹਾਲਾਂਕਿ ਕਾਂਗਰਸ ਤਾਂ ਚਲੋ ਸਾਰੇ ਇੱਕ ਹੈ, ਚਾਹੇ ਪੰਜਾਬ ਹੈ ਤੇ ਚਾਹੇ ਹਰਿਆਣਾ ਹੈ, ਅੱਜ ਖਾਸ ਤੌਰ ਤੇ ਪਹੁੰਚੇ। ਕਈ ਤੁਸੀਂ ਚੀਜ਼ਾਂ ਕੀਤੀਆਂ ਕਿ ਹੁਣ ਇੱਕ ਵੱਡਾ ਬਦਲਾਵ ਹੋਏਗਾ ਹਰਿਆਣਾ ਦੇ ਵਿੱਚ ਵੀ, ਪੰਜਾਬ ਦੇ ਵਿੱਚ, ਉਹ ਕਿਵੇਂ ਦਾ ਬਦਲਾਵ ਤੁਸੀਂ ਕਹਿ ਰਹੇ ਹੋ? ਪਹਿਲੀ ਗੱਲ ਤਾਂ ਜਿਹੜਾ ਇਹ ਅੱਜ ਆਪਣਾ ਨਿਸ਼ਾਨ ਸਿੰਘ ਹੋਇਆ ਸ਼ਾਮਲ, ਇਹ ਮੇਰਾ ਨਾਲ ਲੱਗਦਾ ਪਿੰਡ ਹੈ ਆਪਣੇ ਹਰਿਆਣਾ ਦਾ, ਟੋਹਾਣਾ ਅਤੇ ਲਹਿਰਾ, ਇਹ ਸਾਡੇ ਪਿੰਡ ਉੱਧਰ ਉੱਧਰ ਹੀ ਨਾਲ ਹੀ ਹੈਗੇ ਨੇ, ਇੱਕੋ ਹੀ ਹਲਕਾ ਹੈ ਸਮਝ ਲਓ ਸਾਡਾ, ਅਤੇ ਦੂਜੇ ਪਰਿਵਾਰਕ ਤੌਰ 'ਤੇ ਅਸੀਂ ਜਾਣਦੇ ਸੀਗੇ। ਮੈਨੂੰ ਬੜੀ ਖੁਸ਼ੀ ਹੋਈ ਹੈ ਔਰ ਵਾਕਈ ਇਸ ਤੋਂ ਪਹਿਲਾਂ ਵੀ ਅਤੇ ਹੁਣ ਵੀ ਬੜੇ ਭਾਰੀ ਲੋਕ ਸ਼ਾਮਲ ਹੋ ਰਹੇ ਹੈ ਕਾਂਗਰਸ ਦੇ ਵਿੱਚ, ਅਤੇ ਇੱਥੋਂ ਨਜ਼ਰ ਆਉਂਦਾ ਕਿ ਆਉਣ ਵਾਲਾ ਸਮਾਂ ਜਿਹੜਾ ਹੈਗਾ ਉਹ ਕਾਂਗਰਸ ਅਤੇ ਜਿਹੜੀ ਆਪਣੀ ਕਾਂਗਰਸ ਲੈਂਸ ਆ ਉਹਦਾ ਹੋਊਗਾ। ਮੈਮ, ਲੋਕ ਸਭਾ ਚੁਣਾਵ ਨੂੰ ਲੈ ਕੇ ਗੱਲ ਕੀਤੀ ਜਾਵੇ, ਪੰਜਾਬ ਦੀ ਗੱਲ ਹੋਵੇ ਚਾਹੇ ਹਰਿਆਣਾ ਦੀ ਗੱਲ ਹੋਵੇ, ਅੱਜ ਪੰਜਾਬ ਦੇ ਵਿੱਚ ਵੀ ਲੋਕ ਸਭਾ ਉਮੀਦਵਾਰ ਐਲਾਨ ਦਿੱਤੇ ਗਏ ਨੇ, ਰਾਜਾ ਵੜੇਂਗ, ਸੁਖਜਿੰਦਰ ਰੰਧਾਵਾ, ਇਹਨਾਂ ਨੂੰ ਸੀਟਾਂ ਦਿੱਤੀਆਂ ਗਈਆਂ ਨੇ, ਕਿਵੇਂ ਤੁਸੀਂ ਵੇਖਦੇ ਹੋ? ਨਹੀਂ, ਇਹ ਤਾਂ ਦੇਖੋ ਪਾਰਟੀ ਹਾਈ ਕਮਾਂਡ, ਇਹ ਪਾਰਲੀਮੈਂਟ ਲੋਕ ਸਭਾ ਜਿਹੜੀ ਹੁੰਦੀ ਹੈ, ਇਹਦੇ ਵਿੱਚ ਤਕਰੀਬਨ ਜ਼ਿਆਦਾ ਰੋਲ ਆਪਣੀ ਸਾਡੀ ਆਪਣੀ CWC ਨੇ ਦੇਖਣਾ ਹੁੰਦਾ ਹੈਗਾ, ਅਤੇ ਉਹਨਾਂ ਨੇ ਆਪਣੇ ਤੌਰ 'ਤੇ ਸਾਰਾ ਕੁਛ ਦੇਖ ਕੇ ਫੈਸਲੇ ਲੈਣੇ ਹੁੰਦੇ ਨੇ, ਅਤੇ ਉਹਨਾਂ ਨੇ ਜੋ ਠੀਕ ਸਮਝਿਆ ਕੀਤਾ ਫੈਸਲਾ, ਅਸੀਂ ਵੈਲਕਮ ਕਰ। ਜਿਹੜਾ ਚੌਤਰਫਾ ਮੁਕਾਬਲਾ ਹੈ, ਜਿਹੜੇ ਬੜੇ ਫੇਰ ਬਦਲ ਦੇਖਣ ਨੂੰ ਮਿਲਿਆ, ਤੁਸੀਂ ਤਾਂ ਮੈਡਮ ਸਾਬਕਾ CM ਰਹੇ ਹੋ ਪੰਜਾਬ ਦੇ, ਜਿਹੜੇ ਫੇਰ ਬਦਲ ਇਸ ਵਾਰ ਦੇਖਣ ਨੂੰ ਮਿਲੇ, ਪਹਿਲਾਂ ਇਸ ਤਰੀਕੇ ਦੇ ਸਿਨੈਰੀਓ ਕਦੀ ਨਹੀਂ ਸੀ, ਕਿਵੇਂ ਦਾ ਤੁਸੀਂ ਇਹ ਬਦਲਾਵ ਦੇਖ? ਦੇਖੋ, ਮੈਂ ਇਹ ਸਮਝਦੀ ਹਾਂ ਕਿ ਇਹ ਵਾਕਈ ਜੋ ਤੁਸੀਂ ਕਹੀ ਹੈਗੀ ਹੈ ਕਿ ਇੱਕ ਨਵੀਂ ਚੀਜ਼ ਅਤੇ ਜਿਹੜੀ ਬਾਹਲੀ ਅੱਛੀ ਵੀ ਨਹੀਂ ਲੱਗਦੀ ਲੋਕਾਂ ਨੂੰ, ਕਿ ਜਿੱਧਰ ਨੂੰ ਜਿਹੜੀ ਟ੍ਰੇਨ ਜਾਂਦੀ ਉਹੀ ਚੜ੍ਹ ਜਾਓ, ਜੇ ਕਿਸੇ ਨੂੰ ਕੋਈ ਨਹੀਂ ਮਿਲਦੀ ਕਿਸੇ ਪਾਸੇ ਟ੍ਰੇਨ, ਉਹ ਮਾਲ ਗੱਡੀ 'ਤੇ ਚੜ੍ਹ ਜਾਂਦਾ ਹੈਗਾ। ਇਹ ਲੋਕਾਂ ਨੇ ਪਸੰਦ ਨਹੀਂ ਕਰਦੇ ਕਿ ਕਿਸੇ ਕਾਰਨ ਕਰਕੇ ਆਹ ਨਹੀਂ ਮਿਲਿਆ, ਉਹ ਨਹੀਂ ਹੋਇਆ। ਇਟ ਮੀਨਸ ਕਿ ਤੁਸੀਂ ਪਾਰਟੀ ਨਾਲ ਕਮਿਟਡ ਨਹੀਂ, ਤੁਸੀਂ ਜੋ ਕੁਛ ਲੈਣਾ ਚਾਹੁੰਦੇ ਹੋ ਉਸ ਲੈਣ ਵਾਲੇ ਦੇ ਨਾਲ ਕਮਿਟਡ ਹੋ, ਤੋ ਇਹਨੂੰ ਲੋਕ ਨਹੀਂ ਬੜਾ ਚੰਗਾ ਸਮਝਦੇ ਹੁੰਦੇ। ਠੀਕ ਹੈ, ਕਈ ਵਾਰੀ ਜੈਨੂਅਨ ਗਿਲੇ ਵੀ ਹੋ ਸਕਦੇ ਹੈ, ਵਿੱਚ ਪਾਰਟੀ 'ਚ ਬੈਠ ਕੇ ਹੱਲ ਕਰਵਾਏ ਜਾ ਸਕਦੇ ਹੈ, ਬਹੁਤ ਸਾਰੇ ਥਾਵਾਂ 'ਤੇ ਹੁੰਦੇ ਹੈ, ਘਰ ਵੱਡੀਆਂ ਪਾਰਟੀਆਂ ਸਾਰੀਆਂ, ਸਾਡੀ ਵੀ ਨੈਸ਼ਨਲ ਵੱਡੀ ਪਾਰਟੀ ਹੈ, ਅਤੇ ਇਸ ਕਰਕੇ ਮੈਂ ਨਹੀਂ ਸਮਝਦੀ ਕਿ ਕਿਸੇ ਐਸੀ ਗੱਲ ਵਾਸਤੇ ਕਿ ਜੇ ਮੈਨੂੰ ਦਿਓ ਤਾਂ ਮੈਂ ਕਾਂਗਰਸ 'ਚ, ਨਾ ਦਿਓ ਤਾਂ ਮੈਂ ਕਾਂਗਰਸ 'ਚ ਨਹੀਂ ਜਾਂ। ਗੱਲ ਉੱਠਦੀ ਰਹੀ ਹੈ ਕਿ ਇਸ ਵਾਰ ਟਿਕਟਾਂ ਨੂੰ ਲੈ ਕੇ ਕਾਂਗਰਸ ਦੇ ਕੋਲ ਕੈਂਡੀਡੇਟਸ ਨਹੀਂ ਹੈ, ਹੋਰ ਤਮਾਮ ਪਾਰਟੀਆਂ ਦੇ, ਕਿ ਵਾਕਏ ਦੇ ਵਿੱਚ ਇਹ ਚੀਜ਼ ਹੁੰਦੀ ਹੈ? ਸਗੋਂ ਇਹਦੀ ਮੈਂ ਸਮਝਦੀ ਹਾਂ ਕਿ ਇਹ ਨਹੀਂ ਕਿ ਕਾਂਗਰਸ ਕੋਲ ਉਮੀਦਵਾਰ ਨਹੀਂ, ਕਾਂਗਰਸ ਦੇ ਉਮੀਦਵਾਰ ਤਾਂ ਕਾਂਗਰਸ ਕੋਲ ਤਾਂ ਹਰ ਥਾਵਾਂ 'ਤੇ ਤੁਸੀਂ ਦੇਖਿਆ ਨਾਰਾਜ਼ਗੀਆਂ, ਮੈਨੂੰ ਟਿਕਟ ਦਿਓ, ਮੈਨੂੰ ਟਿਕਟ ਦਿਓ, ਲਾਈਨਾਂ ਲੱਗੀਆਂ ਹੋਈਆਂ। ਪਰ ਕਿ ਜਿਹੜੇ ਸਾਡੇ ਮੁਕਾਬਲੇ 'ਚ ਕਹਿੰਦੇ ਹੈ, ਕੋਈ 13 ਕਹਿੰਦਾ, ਕੋਈ ਕੁਛ ਕਹਿੰਦਾ, ਉਹਨਾਂ ਕੋਲ ਉਮੀਦਵਾਰ ਹੈ ਹੀ ਨਹੀਂ। ਤੁਸੀਂ ਆਮ ਦੇਖੋ ਕਿਸੇ ਥਾਂ 'ਤੇ BJP ਉਹ ਵੀ ਕਾਂਗਰਸ 'ਚ ਲੈ ਕੇ ਜਾ ਰਹੀ ਹੈ, ਕਿਸੇ ਥਾਂ 'ਤੇ ਆਪਣੇ ਆਪ ਵਾਲੇ ਉਹ ਵੀ ਸਾਡੀ ਕਾਂਗਰਸ 'ਚੋਂ ਲੈ ਕੇ ਜਾ ਰਹੇ ਨੇ, ਅਤੇ ਜਿਹੜੇ ਇਹਦੀਆਂ 13-13 ਦੀਆਂ ਗੱਲਾਂ ਕਰਦੇ ਹੈ, ਉਹਨਾਂ ਕੋਲ ਤਾਂ 13-13 ਉਮੀਦਵਾਰ ਹੀ ਹੈ ਨਹੀਂ, ਵੋਟਾਂ ਤਾਂ ਬਹੁਤ ਦੂਰ ਦੀ ਗੱਲ ਹੈ। ਬਿਲਕੁਲ, ਬਹੁਤ ਅੱਛੇ ਤਰੀਕੇ ਨਾਲ ਪੰਜਾਬ ਦੀ ਜਨਤਾ ਉੱਠ ਖੜੀ ਹੈ, ਅਤੇ ਉਹਨਾਂ ਨੇ ਪੂਰੀ ਤਰ੍ਹਾਂ ਨਾਲ ਨਕਾਰਿਆ ਸਰਕਾਰਾਂ ਨੂੰ, ਉੱਪਰਲੀ ਨੂੰ ਵੀ ਅਤੇ ਥੱਲੇ ਵਾਲੀ ਨੂੰ ਵੀ, ਪੰਜਾਬੀ ਨੂੰ ਵੀ ਅਤੇ BJP ਨੂੰ ਵੀ। ਇਸ ਲਈ ਕਾਂਗਰਸ ਪਾਰਟੀ ਦਾ ਜਿਹੜਾ ਬਹੁਤ ਅੱਪ ਜਾਣਾ ਹੈਗਾ, ਲੋਕਾਂ ਦੀ ਸਿੰਪਤੀ ਨਾਲ ਲੋਕ ਸਮਝਦੇ ਨੇ ਕਿ ਇਹੀ ਨੈਸ਼ਨਲ ਪਾਰਟੀ ਹੈ, ਵੱਡੀ ਪਾਰਟੀ ਹੈ, ਔਰ ਪੰਜਾਬ ਦੇ ਵਿੱਚ ਇੱਕ ਰਸਤਾ ਸਾਨੂੰ ਦਿਖਾ ਕੇ ਦੇਖ ਰੱਖ ਕੇ ਦਿਖਾਊਗੀ, ਕਾਂਗਰਸ ਨੂੰ ਜਿਤਾਉਣਗੇ। ਥੈਂਕ ਯੂ ਸੋ ਮਚ। ਅਤੇ ਜੀ, ਸਾਡੇ ਨਾਲ ਗੱਲ ਕਰਨ ਦੇ ਲਈ ਸਾਬਕਾ CM ਪੰਜਾਬ ਦੇ ਰਜਿੰਦਰ ਕੌਰ ਪੱਟਲ ਮੈਮ, ਜਿਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਜਿਹੜਾ ਇਹ ਬੜਾ ਫੇਰਬਦਲ ਪੰਜਾਬ ਦੇ ਵਿੱਚ ਇਸ ਵਾਰ ਵੇਖਣ ਨੂੰ ਮਿਲਿਆ, ਪਹਿਲਾਂ ਇਸ ਤਰੀਕੇ ਦੀ ਕਦੇ ਚੀਜ਼ਾਂ ਨਹੀਂ ਸੀਗੀਆਂ, ਲੇਕਿਨ ਪੰਜਾਬ ਦੇ ਵਿੱਚ ਉਹਨਾਂ ਨੇ ਵੀ ਦਾਅਵਾ ਜ਼ਰੂਰ ਕੀਤਾ ਕਿ ਜਿੱਤ ਕਾਂਗਰਸ ਦੀ ਹੋਗੀ, ਲੇਕਿਨ ਇਹ ਹੁਣ 4 ਜੂਨ ਨੂੰ ਹੀ ਤੈਅ ਹੋਏਗਾ ਆਖਿਰ ਪੰਜਾਬ ਦੇ ਲੋਕਾਂ ਨੇ ਫਤਵਾ ਕਿਸ ਨੂੰ ਦਿੱਤਾ ਹੈ। ਕੈਮਰਾਮੈਨ ਰਜਿੰਦਰ ਦੇ ਨਾਲ ਚੰਡੀਗੜ੍ਹ ਤੋਂ TV9 ਨਿਯਮਨਪ੍ਰੀਤ ਕੌਰ।